ਇਹ ਹੈ ਜੀ ਕਤਰ। ਸਾਊਦੀ ਅਰਬ, ਬਹਿਰੀਨ ਅਤੇ ਯੂ ਏ ਈ ਦੇ ਵਿਚਕਾਰ ਵਸਿਆ ਇਹ ਦੁਨੀਆ ਦਾ ਬਹੁਤ ਜ਼ਿਆਦਾ ਅਮੀਰ ਦੇਸ਼ ਹੈ। ਇਹ ਇੰਨਾ ਜ਼ਿਆਦਾ ਅਮੀਰ ਹੈ ਕਿ ਇਸ ਦੀ ਪਰ ਕੈਪੀਟਾ ਆਮਦਨ ਹੈ 1,28,000 US ਡਾਲਰ, ਜੋ ਕਿ ਅਮੈਰੀਕਾ, ਸਿੰਗਾਪੁਰ, ਇੱਥੋਂ ਤੱਕ ਕਿ ਕਤਰ ਦੇ ਗੁਆਂਢੀ ਦੇਸ਼ ਜਿਵੇਂ ਕਿ ਯੂ ਏ ਈ ਅਤੇ ਸਾਊਦੀ ਅਰਬ ਦੇ ਨਾਲੋਂ ਕਿਤੇ ਜ਼ਿਆਦਾ ਵੱਧ ਹੈ। ਵੱਡੀਆਂ ਵੱਡੀਆਂ ਇਮਾਰਤਾਂ, ਵਧੀਆ ਸ਼ਾਪਿੰਗ ਮਾਲ ਅਤੇ ਮਹਿੰਗੀਆਂ ਗੱਡੀਆਂ ਕਰਕੇ ਹੀ ਕਤਰ ਨੂੰ ਮਿਡਲ ਈਸਟ ਦਾ ਵੇਗਸ ਕਹਿੰਦੇ ਨੇ। ਕਤਰ ਹਮੇਸ਼ਾ ਤੋਂ ਹੀ ਅਜਿਹਾ ਨਹੀਂ ਸੀ। ਜੇਕਰ ਅਸੀਂ ਕੁਝ ਕੁ ਸਾਲ ਹੀ ਪਿੱਛੇ ਜਾ ਕੇ ਦੇਖਦੇ ਹਾਂ ਤਾਂ ਕਤਰ ਇੱਕ ਤਪਦਾ ਹੋਇਆ ਮਾਰੂਥਲ ਸੀ, ਜਿੱਥੇ ਸਿਰਫ ਭੁੱਖਮਰੀ ਸੀ ਅਤੇ ਹੋਰ ਕੁਝ ਵੀ ਨਹੀਂ ਸੀ। ਤੇ ਫਿਰ ਇਹ ਇੰਨਾ ਵੱਡਾ ਬਦਲਾਅ ਕਿਵੇਂ ਆਇਆ? ਜਿਹੜਾ ਕਤਰ ਸਾਰੇ ਅਰਬ ਦੇ ਦੇਸ਼ਾਂ ਦੇ ਵਿੱਚੋਂ ਕਿਸੇ ਟਾਈਮ ਗਰੀਬ ਸੀ, ਅੱਜ ਉਹ ਇੰਨਾ ਜ਼ਿਆਦਾ ਅਮੀਰ ਕਿਵੇਂ ਹੋ ਗਿਆ ਕਿ ਸਾਰੇ ਅਰਬ ਦੇ ਦੇਸ਼ ਆਉਣ ਉਸ ਦੇ ਪਿੱਛੇ ਨੇ? ਇਸ ਦੇ ਪਿੱਛੇ ਵੀ ਇੱਕ ਬਹੁਤ ਦਿਲਚਸਪ ਕਹਾਣੀ ਹੈ ਜੋ ਬਾਕੀ ਅਰਬ ਦੇ ਦੇਸ਼ਾਂ ਦੀਆਂ ਕਹਾਣੀਆਂ ਦੇ ਨਾਲੋਂ ਬਿਲਕੁਲ ਅਲੱਗ ਹੈ। ਇਸ ਵੀਡੀਓ ਦੇ ਲਾਸਟ ਤੱਕ ਜਾਂਦੇ ਹੋਏ ਤੁਸੀਂ ਇਹ ਚੀਜ਼ ਵੀ ਸਮਝ ਜਾਓਗੇ ਕਿਉਂ ਯੂ ਏ ਈ ਤੇ ਸਾਊਦੀ ਅਰਬ ਕਤਰ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ, ਕਿਵੇਂ ਕਤਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੇ ਗੁਆਂਢੀ ਦੇਸ਼ਾਂ ਤੋਂ ਕਿਤੇ ਜ਼ਿਆਦਾ ਵੱਧ ਖੁਸ਼ਹਾਲ ਅਤੇ ਸੁਰੱਖਿਅਤ ਹੋਵੇਗਾ, ਉਸ ਦੇ ਕੀ ਕਾਰਨ ਨੇ? ਇਹ ਕਹਾਣੀ ਸ਼ੁਰੂ ਹੁੰਦੀ ਹੈ ਜੀ 1916 ਦੇ ਵਿੱਚ, ਜਦੋਂ ਕਤਰ ਦੇ ਸ਼ੇਖ ਅਬਦੁੱਲਾ ਅਲਸਾਨੀ ਨੇ ਬ੍ਰਿਟਿਸ਼ ਦੇ ਨਾਲ ਇੱਕ ਸੰਧੀ ਦੇ ਉੱਪਰ ਦਸਤਖਤ ਕੀਤੇ। ਇਸ ਸੰਧੀ ਦੇ ਅਨੁਸਾਰ ਚਾਹੇ ਕਤਰ ਦੇ ਉੱਪਰ ਕੋਈ ਜ਼ਮੀਨੀ ਹਮਲਾ ਹੁੰਦਾ ਹੈ ਜਾਂ ਸਮੁੰਦਰੀ ਹਮਲਾ ਹੁੰਦਾ ਹੈ, ਬ੍ਰਿਟਿਸ਼ ਉਸ ਨੂੰ ਆ ਕੇ ਬਚਾਵੇਗਾ ਤੇ ਇਸ ਦੇ ਬਦਲੇ ਦੇ ਵਿੱਚ ਕਤਰ ਅਗਲੇ 25 ਸਾਲਾਂ ਤੱਕ ਬ੍ਰਿਟਿਸ਼ ਦੀ ਕਲੋਨੀ ਬਣ ਕੇ ਰਹੇਗਾ ਤੇ ਕਤਰ ਦੇ ਵਿੱਚੋਂ ਨਿਕਲ ਵਾਲੇ ਕੁਦਰਤੀ ਸਰੋਤ ਜਿਵੇਂ ਕਿ ਤੇਲ ਅਤੇ ਗੈਸ ਦੇ ਵਿੱਚ ਵੀ ਬ੍ਰਿਟਿਸ਼ ਦਾ ਹਿੱਸਾ ਹੋਵੇਗਾ। 1940 ਦੇ ਵਿੱਚ ਪਹਿਲੀ ਵਾਰ ਕਤਰ ਦੇ ਵਿੱਚ ਤੇਲ ਦੀ ਖੋਜ ਹੁੰਦੀ ਹੈ ਤੇ 1940 ਤੋਂ ਲੈ ਕੇ 1960 ਤੱਕ ਕਤਰ ਦੇ ਵਿੱਚ ਥਾਂ ਥਾਂ ਤੋਂ ਤੇਲ ਨੂੰ ਲੱਭਿਆ ਜਾਂਦਾ ਹੈ ਤੇ ਬਹੁਤ ਵੱਡੇ ਪੱਧਰ ਤੇ ਬਾਹਰ ਕੱਢਿਆ ਜਾਂਦਾ ਹੈ ਤੇ ਕਤਰ ਦੇ ਹਾਲਾਤ ਹੌਲੀ ਹੌਲੀ ਬਦਲਣੇ ਸ਼ੁਰੂ ਹੋ ਗਏ, ਪਰ ਹਜੇ ਵੀ ਕੋਈ ਜ਼ਿਆਦਾ ਬਦਲਾਅ ਕਤਰ ਦੇ ਵਿੱਚ ਨਹੀਂ ਆਇਆ ਸੀ। ਤੇ ਫਿਰ 1970 ਦੇ ਵਿੱਚ ਸੈੱਲ ਕੰਪਨੀ ਨੇ ਕਤਰ ਦੇ ਵਿੱਚ ਤੇਲ ਦਾ ਸਭ ਤੋਂ ਵੱਡਾ ਤੇਲ ਦਾ ਭੰਡਾਰ ਲੱਭ ਲਿਆ। ਇਹਨਾਂ ਨੇ ਕਤਰ ਦੇ ਵਿੱਚ ਨਾਰਥ ਫੀਲਡ ਨੂੰ ਲੱਭ ਲਿਆ, ਜਿਹੜੀ ਕਿ ਕੁਦਰਤੀ ਗੈਸ ਦੀ ਸਭ ਤੋਂ ਵੱਡੀ ਫੀਲਡ ਸੀ। ਉਸ ਸਮੇਂ ਤੱਕ ਕੋਈ ਗੈਸ ਜ਼ਿਆਦਾ ਲਾਭਕਾਰੀ ਚੀਜ਼ ਨਹੀਂ ਸੀ ਤੇ ਇਸ ਨੂੰ ਇੱਕ ਥਾਂ ਤੋਂ ਦੂਜੇ ਥਾਂ ਤੱਕ ਸਿਰਫ ਪਾਈਪ ਦੇ ਨਾਲ ਹੀ ਭੇਜਿਆ ਜਾ ਸਕਦਾ ਸੀ। ਕਤਰ ਗੈਸ ਵਰਤਣ ਵਾਲੇ ਦੇਸ਼ਾਂ ਤੋਂ ਬਹੁਤ ਜ਼ਿਆਦਾ ਦੂਰ ਸੀ ਤੇ ਉੱਥੇ ਤੱਕ ਗੈਸ ਪਾਈਪ ਲਾਈਨ ਪਾਉਣੀ ਲਗਭਗ ਨਾਮੁਮਕਿਨ ਸੀ। ਇਸ ਕਰਕੇ ਸ਼ੈਲ ਕੰਪਨੀ ਵੀ ਇਹ ਗੈਸ ਫੀਲਡ ਦੀ ਖੋਜ ਕਰਕੇ ਇਸ ਨੂੰ ਭੁੱਲ ਗਈ ਤੇ ਇਹ ਖੋਜ ਸਿਰਫ ਕਤਰ ਦੇ ਸਰਕਾਰੀ ਦਫ਼ਤਰਾਂ ਦੀਆਂ ਫਾਈਲਾਂ ਦੇ ਵਿੱਚ ਹੀ ਦੱਬ ਕੇ ਰਹਿ ਗਈ। 1971 ਦੇ ਵਿੱਚ ਕਤਰ ਨੂੰ ਬ੍ਰਿਟਿਸ਼ ਤੋਂ ਆਜ਼ਾਦੀ ਮਿਲ ਜਾਂਦੀ ਹੈ ਤੇ ਕਤਰ ਇੱਕ ਆਜ਼ਾਦ ਦੇਸ਼ ਬਣ ਜਾਂਦਾ ਹੈ। ਕਤਰ ਨੂੰ ਆਜ਼ਾਦੀ ਮਿਲਣ ਦੇ ਬਾਵਜੂਦ ਵੀ ਅਗਲੇ 25 ਸਾਲਾਂ ਤੱਕ ਕਤਰ ਦੇ ਹਾਲਾਤ ਕੁਝ ਜ਼ਿਆਦਾ ਨਹੀਂ ਬਦਲੇ। ਫਿਰ ਆਇਆ 1995 ਜਦੋਂ ਕਰਾਊਨ ਪ੍ਰਿੰਸ ਹਾਮਿਦ ਬਿਲ ਖਲੀਫਾ ਅਲ ਅਲਸਾਨੀ ਨੇ ਬਗਾਵਤ ਕਰਕੇ ਖਲੀਫਾ ਬਿਲ ਹਾਮਦ ਅਲਸਾਨੀ ਜਾਣੀ ਕਿ ਆਪਣੇ ਪਿਤਾ ਦਾ ਹੀ ਤਖਤਾ ਪਲਟ ਕਰਕੇ ਉਹ ਕਤਰ ਦਾ ਸ਼ੇਖ ਬਣ ਗਿਆ ਤੇ ਨਵੇਂ ਬਣੇ ਸ਼ੇਖ ਦਾ ਇੱਕ ਚੀਜ਼ ਦੇ ਉੱਪਰ ਬਹੁਤ ਜ਼ਿਆਦਾ ਧਿਆਨ ਸੀ, ਉਹ ਚੀਜ਼ ਸੀ ਗੈਸ। ਹਾਮਿਦ ਬਿਨ ਖਲੀਫਾ ਇਹ ਗੱਲ ਚੰਗੀ ਤਰ੍ਹਾਂ ਦੇ ਨਾਲ ਜਾਣਦਾ ਸੀ ਕਿ ਕਤਰ ਦੀ ਕਿਸਮਤ ਸਿਰਫ ਇਹ ਗੈਸ ਬਦਲ ਸਕਦੀ ਹੈ। ਇਸ ਲਈ ਇਸ ਸ਼ੇਖ ਨੇ ਇੱਕ ਅਜਿਹੀ ਟੈਕਨੋਲੋਜੀ ਦੇ ਵਿੱਚ ਪੈਸਾ ਲਾਇਆ ਜਿਸ ਦੇ ਵਿੱਚ ਇਹ ਗੈਸ ਨੂੰ ਇੱਕ ਲਿਕੁਇਡ ਦੇ ਵਿੱਚ ਬਦਲਿਆ ਜਾ ਸਕਦਾ ਸੀ ਤੇ ਫਿਰ ਇਹ ਲਿਕੁਇਡ ਗੈਸ ਨੂੰ ਤੇਲ ਦੀ ਤਰ੍ਹਾਂ ਵੱਡੇ ਵੱਡੇ ਡਰੰਮਾਂ ਦੇ ਵਿੱਚ ਭਰ ਕੇ ਦੂਰ ਯੂਰਪੀਅਨ ਦੇਸ਼ਾਂ ਦੇ ਵਿੱਚ ਵੀ ਭੇਜਿਆ ਜਾ ਸਕਦਾ ਸੀ। ਇਸ ਪ੍ਰੋਸੈਸ ਦੇ ਵਿੱਚ ਗੈਸ ਨੂੰ -161 ਡਿਗਰੀ ਸੈਲਸੀਅਸ ਤੱਕ ਠੰਡਾ ਰੱਖਣਾ ਪੈਂਦਾ ਹੈ। ਕਤਰ ਨੇ ਆਪਣਾ ਬਹੁਤ ਜ਼ਿਆਦਾ ਪੈਸਾ ਇਸ ਟੈਕਨੋਲੋਜੀ ਦੇ ਵਿੱਚ ਲਗਾਇਆ। ਇਹੀ ਕਾਰਨ ਕਰਕੇ ਅੱਜ ਕਤਰ LNG ਗੈਸ ਦਾ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਨਿਰਯਾਤਕ ਹੈ ਤੇ ਇਹੀ ਗੈਸ ਕਤਰ ਤੋਂ ਅੱਜ ਜਾਪਾਨ, ਇੰਡੀਆ, ਚਾਈਨਾ, ਸਾਊਥ ਕੋਰੀਆ ਤੇ ਸਪੇਨ ਲੈਂਦੇ ਨੇ। ਇਸ ਤਰ੍ਹਾਂ ਕਰਨ ਦੇ ਨਾਲ ਕਤਰ ਨੂੰ ਥੋੜੇ ਜਿਹੇ ਸਮੇਂ ਦੇ ਵਿੱਚ ਬਿਲੀਅਨਸ ਡਾਲਰ ਮਿਲਣ ਲੱਗੇ ਤੇ ਕਤਰ ਦੀ ਕਿਸਮਤ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਬਦਲ ਗਈ। ਕਤਰ ਦੀ ਕਿਸਮਤ ਬਦਲ ਦੇ ਲਈ ਇੱਕ ਬਹੁਤ ਛੋਟਾ ਜਿਹਾ ਹਿੱਸਾ ਸੀ। ਅਜਿਹੇ ਕੁਦਰਤੀ ਸਰੋਤ ਤਾਂ ਬਹੁਤ ਸਾਰੇ ਦੇਸ਼ਾਂ ਦੇ ਕੋਲ ਹੁੰਦੇ ਨੇ ਤੇ ਇਹਨਾਂ ਕੁਦਰਤੀ ਸਰੋਤਾਂ ਨੂੰ ਲੱਭ ਵੀ ਕਈ ਦੇਸ਼ ਲੈਂਦੇ ਨੇ, ਪਰ ਮਸਲਾ ਜਿਹੜਾ ਅੱਗੇ ਜਾ ਕੇ ਖੜਾ ਹੁੰਦਾ ਹੈ ਉਹ ਇਹ ਹੁੰਦਾ ਹੈ ਕਿ ਇਹ ਜਿਹੜੇ ਕੁਦਰਤੀ ਸਰੋਤਾਂ ਤੋਂ ਪੈਸਾ ਆਇਆ ਹੈ ਉਸ ਨੂੰ ਸਹੀ ਤਰੀਕੇ ਦੇ ਨਾਲ ਕਿੱਥੇ ਲਗਾਇਆ ਜਾਵੇ। ਵੈਨਜੂਏਲਾ ਤੇ ਐਂਜੋਲਾ ਦੇਸ਼ਾਂ ਦੇ ਕੋਲ ਕੁਦਰਤੀ ਸਰੋਤਾਂ ਦੀ ਬਹੁਤ ਜ਼ਿਆਦਾ ਭਰਮਾਰ ਸੀ, ਪਰ ਉਸ ਦੇ ਜਿਹੜੇ ਹਾਲਾਤ ਨੇ ਇਹਨਾਂ ਦੋਨੇ ਦੇਸ਼ਾਂ ਦੇ ਉਹ ਆਪਾਂ ਸਾਰੇ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ। ਪਰ ਕਤਰ ਨੇ ਇੱਥੇ ਦਿਮਾਗ ਲਾਇਆ। ਉਸ ਨੇ 2005 ਦੇ ਵਿੱਚ ਕਤਰ ਇਨਵੈਸਟਮੈਂਟ ਅਥਾਰਟੀ ਨਾਮ ਦੀ ਇੱਕ ਕੰਪਨੀ ਬਣਾਈ। ਇਸ ਕੰਪਨੀ ਦਾ ਕੰਮ ਸੀ ਤੇਲ ਅਤੇ ਗੈਸਾਂ ਤੋਂ ਆਉਣ ਵਾਲੇ ਪੈਸੇ ਨੂੰ ਪੂਰੀ ਦੁਨੀਆ ਦੇ ਵਿੱਚ ਇਨਵੈਸਟ ਕਰਨਾ। ਇਸ ਕਰਕੇ ਅੱਜ ਦੁਨੀਆ ਦੇ ਹਰ ਵੱਡੇ ਦੇਸ਼ ਅਤੇ ਹਰ ਇੱਕ ਵੱਡੀ ਕੰਪਨੀ ਦੇ ਵਿੱਚ ਤੁਹਾਨੂੰ ਕਤਰ ਦਾ ਸ਼ੇਅਰ ਜ਼ਰੂਰ ਮਿਲ ਜਾਵੇਗਾ, ਚਾਹੇ ਉਹ ਲੰਡਨ ਦੇ ਵੱਡੇ ਹੋਟਲ, ਦਫ਼ਤਰ ਜਾਂ ਅਪਾਰਟਮੈਂਟ ਹੋਣ, ਚਾਹੇ ਉਹ ਅਮਰੀਕਾ ਦੇ ਵੱਡੇ ਵੱਡੇ ਦਫ਼ਤਰ ਹੋਣ, ਮਲਟੀਨੈਸ਼ਨਲ ਕੰਪਨੀਆਂ ਹੋਣ ਜਿਵੇਂ ਕਿ ਵੋਕਸਵੈਗਨ, ਵਾਰਕਲੇ ਕੰਪਨੀ, ਟਿਫਨੀ ਐਂਡ ਕੋ, ਜਾਂ ਫਿਰ ਰੋਜ਼ਨੈਫਟ ਜਿਹੜੀ ਕਿ ਰਸ਼ੀਆ ਦੀ ਸਭ ਤੋਂ ਵੱਡੀ ਤੇਲ ਦੀ ਕੰਪਨੀ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕਤਰ ਦਾ ਹਿੱਸਾ ਹੈ, ਪਰ ਇਹ ਵੀ ਕਤਰ ਦੀ ਇਨਵੈਸਟਮੈਂਟ ਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ। ਇਸ ਤੋਂ ਬਿਨਾਂ ਵੀ ਕਤਰ ਨੇ ਬਿਲੀਅਨਸ ਡਾਲਰ ਰੋਡਸ ਅਤੇ ਏਅਰਪੋਰਟ, ਰਿਸਰਚ ਸੈਂਟਰ ਅਤੇ ਫਾਈਨੈਂਸ਼ੀਅਲ ਸੈਂਟਰਾਂ ਦੇ ਵਿੱਚ ਲਗਾਏ ਨੇ। ਇੱਥੋਂ ਤੱਕ ਕਿ ਫੀਫਾ ਵਰਲਡ ਕੱਪ, ਜਿਹੜਾ ਕਿ ਖੇਡਾਂ ਦੀ ਦੁਨੀਆ ਦਾ ਸਭ ਤੋਂ ਵੱਡਾ ਕੱਪ ਹੈ, ਉਹ ਵੀ ਕਤਰ ਨੇ ਆਪਣੇ ਦੇਸ਼ ਦੇ ਵਿੱਚ ਕਰਾਇਆ ਹੈ। ਇਸ ਦੇ ਉੱਪਰ ਅਸੀਂ ਇੱਕ ਪੂਰੀ ਡਿਟੇਲ ਦੇ ਵਿੱਚ ਵੀਡੀਓ ਬਣਾ ਚੁੱਕੇ ਹਾਂ ਕਿ ਕਤਰ ਨੇ ਉੱਥੇ ਕਿਸ ਤਰ੍ਹਾਂ ਦੇ ਨਾਲ ਸਟੇਡੀਅਮ ਬਣਾਏ ਤੇ ਕਿਵੇਂ ਇਹ ਸਾਰੇ ਤਰੀਕੇ ਨੂੰ ਉਹਨਾਂ ਨੇ ਮੈਨੇਜ ਕੀਤਾ ਤੇ ਕਿਵੇਂ ਉਹ ਆਪਣੇ ਦੇਸ਼ ਦੇ ਵਿੱਚ ਵਰਲਡ ਕੱਪ ਕਰਾਉਣ ਦੇ ਵਿੱਚ ਸਫਲ ਹੋਏ। ਤੁਸੀਂ ਜ਼ਰੂਰ ਜਾ ਕੇ ਸਾਡੀ ਉਹ ਵੀਡੀਓ ਦੇਖਣਾ, ਉਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ। ਇਹ ਸਾਰੀ
ਕਦਮ ਖੜੇ ਕਰਨਾ। ਇਹ ਤਾਂ ਸੀ ਜੀ ਕਤਰ ਦਾ ਆਰਥਿਕ ਪੱਖ। ਦੂਜੇ ਪਾਸੇ ਦੁਨੀਆ ਦੀ ਰਾਜਨੀਤੀ ਦੇ ਵਿੱਚ ਆਪਣਾ ਪ੍ਰਭਾਵ ਪਾਉਣ ਦੇ ਲਈ ਕਤਰ ਨੇ ਆਪਣਾ ਇੱਕ ਮੀਡੀਆ ਸੈਂਟਰ ਵੀ ਸ਼ੁਰੂ ਕੀਤਾ, ਜਿਸ ਨੂੰ ਅੱਜ ਅਸੀਂ ਅਲ ਜਲਜੀਰਾ ਦੇ ਨਾਮ ਨਾਲ ਜਾਣਦੇ ਹਾਂ। ਅਸਲ ਦੇ ਵਿੱਚ ਕਤਰ ਕਈ ਸਾਲਾਂ ਤੱਕ ਸਾਊਦੀ ਅਰਬ ਦੇ ਅੰਡਰ ਵੀ ਰਿਹਾ ਹੈ ਤੇ ਕਤਰ ਦੇ ਸ਼ੇਖ ਇਹ ਗੱਲ ਨੂੰ ਚੰਗੀ ਤਰ੍ਹਾਂ ਦੇ ਨਾਲ ਜਾਣਦੇ ਸੀ ਕਿ ਕਤਰ ਨੂੰ ਆਪਣੀ ਇੱਕ ਅਲੱਗ ਪਹਿਚਾਣ ਬਣਾਉਣੀ ਪਵੇਗੀ ਤੇ ਉਸ ਨੂੰ ਆਪਣੀ ਅਲੱਗ ਪਹਿਚਾਣ ਬਣਾਉਣ ਦੇ ਲਈ ਤੇ ਆਪਣੀਆਂ ਚੀਜ਼ਾਂ ਨੂੰ ਦੁਨੀਆ ਦੇ ਸਾਹਮਣੇ ਰੱਖਣ ਦੇ ਲਈ ਇੱਕ ਅਲ ਜਲਜੀਰਾ ਵਰਗੇ ਨੈਟਵਰਕ ਦੀ ਬਹੁਤ ਵੱਡੇ ਪੱਧਰ ਤੇ ਜ਼ਰੂਰਤ ਹੈ ਤੇ ਉਹਨਾਂ ਦੀ ਇਹੀ ਸੋਚ ਨੂੰ ਪੂਰਾ ਕੀਤਾ ਉਹਨਾਂ ਦੇ ਟੀਵੀ ਨੈਟਵਰਕ ਜਾਂ ਕਹੀਏ ਉਹਨਾਂ ਦੇ ਚੈਨਲ ਅਲ ਜਲਜੀਰਾ ਨੇ। 2010 ਦੇ ਵਿੱਚ ਅਰਬ ਦੇ ਵਿੱਚ ਜਿਹੜਾ ਸਪਰਿੰਗ ਅੰਦੋਲਨ ਹੋਇਆ ਸੀ ਅਲ ਜਲਜੀਰਾ ਨੇ ਉਸ ਨੂੰ ਔਨ ਏਅਰ ਕਰ ਦਿੱਤਾ ਸੀ, ਜਿਸ ਕਰਕੇ ਬਹੁਤ ਸਾਰੇ ਅਰਬ ਦੇ ਦੇਸ਼ ਇਸ ਦੇ ਖਿਲਾਫ ਜਾਂ ਕਹੀਏ ਕਤਰ ਦੇਸ਼ ਦੇ ਖਿਲਾਫ ਹੋ ਗਏ ਸਨ। ਅਲ ਜਲਜੀਰਾ ਚੈਨਲ ਦਾ ਇੰਨਾ ਜ਼ਿਆਦਾ ਪ੍ਰਭਾਵ ਹੈ ਕਿ 2017 ਦੇ ਵਿੱਚ ਸਾਰੇ ਅਰਬ ਦੇ ਦੇਸ਼ਾਂ ਨੇ ਮਿਲ ਕੇ ਕਤਰ ਦਾ ਬਾਈਕਾਟ ਕਰ ਦਿੱਤਾ ਤੇ ਉਸ ਦੇ ਸਾਹਮਣੇ ਮੰਗ ਰੱਖੀ ਕਿ ਉਹ ਅਲ ਜਲਜੀਰਾ ਚੈਨਲ ਨੂੰ ਕਤਰ ਬੈਨ ਕਰ ਦੇਵੇ। ਸਾਊਦੀ ਅਰਬ ਤੇ UAE ਦੇ ਵਿੱਚ 2017 ਤੋਂ ਹੀ ਅਲ ਜਲਜੀਰਾ ਚੈਨਲ ਬੈਨ ਹੈ, ਪਰ ਇਹਨਾਂ ਦਾ ਜਿਹੜਾ ਕਤਰ ਨੂੰ ਬਾਈਕਾਟ ਕਰਨ ਦਾ ਸੁਨੇਹਾ ਸੀ ਉਹ ਇੱਕ ਤਰ੍ਹਾਂ ਦੇ ਨਾਲ ਇਹਨਾਂ ਦੀ ਸਾਰੀ ਮੂਵਮੈਂਟ ਫੇਲ ਹੋ ਗਈ। ਇਸ ਦਾ ਪਹਿਲਾ ਕਾਰਨ ਤਾਂ ਇਹ ਸੀ ਕਿ ਸਾਊਦੀ ਅਰਬ ਨੂੰ ਕਤਰ ਦੇ ਬਾਈਕਾਟ ਦੇ ਵਿੱਚ ਸਾਰੇ ਅਰਬ ਦੇ ਦੇਸ਼ਾਂ ਨੇ ਸਾਥ ਨਹੀਂ ਦਿੱਤਾ, ਇੱਥੋਂ ਤੱਕ ਕਿ ਕੁਵੈਤ ਤੇ ਓਮਾਨ ਤਾਂ ਇਸ ਬਾਈਕਾਟ ਦਾ ਹਿੱਸਾ ਹੀ ਨਹੀਂ ਬਣੇ। ਇਸ ਤੋਂ ਬਿਨਾਂ ਕਤਰ ਦੇ ਇਰਾਨ ਅਤੇ ਤੁਰਕੀ ਦੇ ਨਾਲ ਵੀ ਬਹੁਤ ਵਧੀਆ ਸੰਬੰਧ ਨੇ, ਇਸ ਕਰਕੇ ਉਹ ਵੀ ਇਹਨਾਂ ਦੇ ਬਾਈਕਾਟ ਦੇ ਵਿੱਚ ਸ਼ਾਮਲ ਨਹੀਂ ਹੋਏ, ਜਿਸ ਕਾਰਨ ਸਾਊਦੀ ਅਰਬ ਤੇ UAE ਕਤਰ ਤੋਂ ਕਾਫੀ ਜ਼ਿਆਦਾ ਨਿਰਾਸ਼ ਨੇ। ਪਰ ਅੰਤਰਰਾਸ਼ਟਰੀ ਜਿੰਨੇ ਵੀ ਦੇਸ਼ ਨੇ ਉਹ ਸਾਰੇ ਕਤਰ ਨੂੰ ਇੱਕ ਨਿਰਪੱਖ ਦੇਸ਼ ਮੰਨਦੇ ਨੇ, ਇਸ ਲਈ ਪੂਰੀ ਦੁਨੀਆ ਦੇ ਵਿੱਚ 6 ਦੇਸ਼ਾਂ ਤੋਂ ਬਿਨਾਂ ਕਿਸੇ ਨੇ ਵੀ ਕਤਰ ਦੇ ਬਾਈਕਾਟ ਦੇ ਵਿੱਚ ਇਹਨਾਂ ਦੇਸ਼ਾਂ ਦਾ ਸਾਥ ਨਹੀਂ ਦਿੱਤਾ। ਕਤਰ ਦੇਸ਼ ਨੂੰ ਆਪਣੇ ਦੇਸ਼ ਦੇ ਅੰਦਰ ਗੈਸ ਦੇ ਭੰਡਾਰ ਦੇ ਕਾਰਨ ਇੱਕ ਬਹੁਤ ਵੱਡਾ ਐਡਵਾਂਟੇਜ ਤਾਂ ਇਹ ਮਿਲ ਗਿਆ ਹੈ ਕਿ ਤੇਲ ਦੇ ਬਾਰੇ ਤਾਂ ਬਹੁਤ ਸਾਰੇ ਐਕਸਪਰਟ ਕਹਿੰਦੇ ਨੇ ਕਿ 2030 ਤੋਂ ਲੈ ਕੇ 2040 ਤੱਕ ਇਲੈਕਟ੍ਰਿਸਿਟੀ ਤੇਲ ਨੂੰ ਬਿਲਕੁਲ ਰਿਪਲੇਸ ਕਰ ਦੇਵੇਗੀ, ਤੇਲ ਦੀ ਉਸ ਸਮੇਂ ਤੱਕ ਸਾਨੂੰ ਕੋਈ ਜ਼ਰੂਰਤ ਨਹੀਂ ਪਵੇਗੀ, ਜਦਕਿ ਗੈਸ ਦੇ ਬਾਰੇ ਵਿੱਚ ਅਜਿਹੀ ਕੋਈ ਗੱਲ ਨਹੀਂ ਹੈ ਤੇ ਗੈਸ ਦੀ ਮੰਗ ਤਾਂ ਦਿਨ ਪੋ ਦਿਨ ਵੱਧਦੀ ਹੀ ਜਾ ਰਹੀ ਹੈ। ਰਸ਼ੀਆ ਤੇ ਯੂਕਰੇਨ ਦੇ ਯੁੱਧ ਦੇ ਕਾਰਨ ਜਿਹੜੀ ਰਸ਼ੀਆ ਦੇ ਵਿੱਚ ਗੈਸ ਦੀ ਬਲੌਕੇਜ ਹੋ ਗਈ ਹੈ ਉਸ ਕਾਰਨ ਵੀ ਹੁਣ ਕੁਵੈਤ ਦੇ ਕੋਲ ਗੈਸ ਦੀ ਮੰਗ 10% ਹੋਰ ਜ਼ਿਆਦਾ ਵੱਧ ਗਈ ਹੈ ਤੇ ਹੁਣ ਯੂਰਪੀਅਨ ਦੇਸ਼ ਵੀ ਕਤਰ ਦੇ ਨਾਲ ਗੈਸ ਦੇ ਲਈ ਸੰਪਰਕ ਕਰ ਰਹੇ ਨੇ ਤੇ ਇਸ ਦੇ ਨਾਲ ਵੀ ਕਤਰ ਹੋਰ ਜ਼ਿਆਦਾ ਅਮੀਰ ਹੋ ਜਾਵੇਗਾ, ਜਿੱਥੇ ਬਾਕੀ ਦੇ ਅਰਬ ਦੇ ਦੇਸ਼ ਇਹ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਪਰੇਸ਼ਾਨ ਨੇ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੇਲ ਦੀ ਮੰਗ ਘਟ ਰਹੀ ਹੈ ਤੇ ਉਹ ਕੀ ਕਰਨਗੇ। ਇੱਥੇ ਹੀ ਕਤਰ ਬਿਲਕੁਲ ਇਸ ਚੀਜ਼ ਨੂੰ ਲੈ ਕੇ ਨਿਸ਼ਚਿੰਤ ਬੈਠਾ ਹੈ। ਇਸ ਜੀ ਕਤਰ ਦੇਸ਼ ਦੇ ਬਾਰੇ ਕੁਝ ਜਾਣਕਾਰੀ ਕਿ ਕਤਰ ਹਮੇਸ਼ਾ ਅਮੀਰ ਕਿੱਦਾਂ ਰਹੇਗਾ ਤੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ YouTube ਦੇ ਚੈਨਲ ਜੋ ਟੀਮ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।